ਇੰਸਟਾਗ੍ਰਾਮ ਇਨਫਲੂਐਂਸਰ ਜਸਨੀਤ ਕੋਲ ਲੁਧਿਆਣਾ ਪੁਲਿਸ ਦੇ ਵੱਲੋਂ ਕੀਤੀ ਗਈ ਗ੍ਰਿਫਤਾਰ ਜਾਣੋ ਕੀ ਹੈ ਇਹ ਪੂਰਾ ਮਾਮਲਾ ਆਖਿਰ ਕੀ ਕਾਰਨ ਹੈ ਕਿਉਂ ਕੀਤਾ ਗਿਆ ਜਸਨੀਤ ਕੌਰ ਨੂੰ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਦਰਅਸਲ ਇੰਸਟਾਗ੍ਰਾਮ ਇਨਫਲੂਐਂਸਰ ਜਸਨੀਤ ਕੌਰ ਨੂੰ ਲੁਧਿਆਣਾ ਪੁਲਿਸ ਨੇ ਅੱਜ ਗ੍ਰਿਫਤਾਰ ਕੀਤਾ ਹੈ ਜਸਨੀਤ ਦੇ ਉੱਪਰ ਬਲੈਕਮੇਲਿੰਗ ਕਰਕੇ ਪੈਸੇ ਮੰਗਣ ਦਾ ਵੱਡਾ ਇਲਜ਼ਾਮ ਲੱਗਿਆ ਪੰਜਾਬ ਪੁਲਿਸ ਨੇ ਕਾਰਵਾਈ ਲੁਧਿਆਣਾ ਦੇ ਵਪਾਰੀ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤੀ ਹੈ ਦੱਸਿਆ ਕਿ ਲੁਧਿਆਣਾ ਦੇ ਇੱਕ ਵੱਡੇ ਰਸੂਖਦਾਰ ਕਾਰੋਬਾਰੀ ਨੂੰ ਜਸਨੀਤ ਦੇ ਵੱਲੋਂ ਬਲੈਕਮੇਲ ਕਰਕੇ ਜ਼ਬਰੀ ਵਸੂਲੀ ਦਾ ਇਲਜ਼ਾਮ ਲੱਗਿਆ ਜਸਨੀਤ ਕੋਲ ਤੇ ਇਲਜ਼ਾਮ ਨੇ ਕਿ ਉਸਨੇ ਪਹਿਲਾਂ ਕਾਰੋਬਾਰੀ ਦੇ ਨਾਲ ਇੰਸਟਾਗ੍ਰam ਤੇ ਰਾਬਤਾ ਕੀਤਾ ਫਿਰ ਉਸ ਦੀ ਦੋਸਤੀ ਹੋਈ ਜਸਨੀਤ ਦੇ ਵੱਲੋਂ ਕਾਰੋਬਾਰੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਬਲੈਕਮੇਲਿੰਗ ਕੀਤੀ ਗਈ ਜਸਨੀਤ ਤੇ ਗੈਂਗਸਟਰਾਂ ਦੇ ਨਾਲ ਲਿੰਕ ਵੀ ਜੜੇ ਨੇ ਸਾਹਮਣੇ ਆਏ ਨੇ ਜੀ ਹਾਂ ਜਸਨੀਤ ਦੇ ਕੁਝ ਗੈਂਗਸਟਰਾਂ ਦੇ ਨਾਲ ਲਿੰਕਸ ਨੇ ਇਹ ਗੱਲ ਜਿਹੜੀ ਹੈ ਸਾਹਮਣੇ ਆਈ ਹੈ ਪੁਲਿਸ ਦੇ ਵੱਲੋਂ ਇਸ ਗੱਲ ਦਾ ਫਿਲਹਾਲ ਖੁਲਾਸਾ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਅਹਿਮ ਖੁਲਾਸੇ ਜਿਹੜੇ ਨੇ ਹੋ ਸਕਦੇ ਨੇ ਕਿਉਂਕਿ ਪੁਲਿਸ ਦੇ ਵੱਲੋਂ ਲਗਾਤਾਰ ਜਸਨੀਤ ਦੇ ਕੋਲੋਂ ਪੁੱਛਗਿੱਛ ਜਿਹੜੀ ਹੈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਸਨੀਤ ਤੇ ਪਹਿਲਾਂ ਵੀ ਬਲੈਕਮੇਲਿੰਗ ਅਤੇ ਜ਼ਬਰੀ ਵਸੂਲੀ ਦੇ ਮਾਮਲੇਦਾਰ ਹੈ ਜਸਨੀਤ ਕੌਰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ ਤਾਇਸ ਵਾਲੇ ਦੀ ਜੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੰਸਟਾਗ੍ਰam ਇਨਫਲੂਐਂਸਰ ਜਸਨੀਤ ਕੌਰ ਜਿਹੜੀ ਹੈ ਗ੍ਰਫਤਾਰ ਹੋ ਚੁੱਕੀ ਹੈ ਲੁਧਿਆਣਾ ਪੁਲਿਸ ਦੇ ਵੱਲੋਂ ਜਸਨੀਤ ਕੌਰ ਨੂੰ ਗ੍ਰਫਤਾਰ ਕੀਤਾ ਗਿਆ ਸੰਗਰੂਰ ਦੀ ਰਹਿਣ ਵਾਲੀ ਹੈ ਪਰ ਲੁਧਿਆਣਾ ਪੁਲਿਸ ਦੇ ਵੱਲੋਂ ਜਸਨੀਤ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ ਕਿਉਂਕਿ ਲੁਧਿਆਣਾ ਦੇ ਕਾਰੋਬਾਰੀ ਦੀ ਸ਼ਿਕਾਇਤ ਦੇ ਉੱਪਰ ਵੱਡੀ ਕਾਰਵਾਈ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਬਲੈਕਮੇਲ ਕੀਤਾ ਸੀ ਵੱਡੇ ਕਾਰੋਬਾਰੀ ਨੂੰ ਤਾਂ ਪੈਸੇ ਮੰਗੇ ਗਏ ਸੀ ਇਹਨਾਂ ਇਲਜ਼ਾਮਾਂ ਤੋਂ ਬਾਅਦ ਐਫ ਆਈ ਆਰ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਵੱਲੋਂ ਇੰਸਟਾਗ੍ਰam ਵਾਲੀ ਜਸਨੀਤ ਨੂੰ ਜਿਹੜਾ ਕਾਬੂ ਕਰ ਲਿਆ ਜਾਂਦਾ ਤੇ ਕਿਹਾ ਜਾ ਰਿਹਾ ਕਿ ਜਸਨੀਤ ਦੇ ਕੁਝ ਵੱਡੇ ਵੱਡੇ ਗੈਂਗਸਟਰਾਂ ਦੇ ਨਾਲ ਵੀ ਸਬੰਧ ਹੈ ਤੇ ਇਹ ਪੈਸੇ ਜੋ ਕਹ ਲੋ ਕਿ ਬਲੈਕਮੇਲ ਕਰਕੇ ਲੋਕਾਂ ਤੋਂ ਪੈਸੇ ਮੰਗਣ ਦਾ ਜਿਹੜਾ ਕੰਮ ਹੈ ਫਿਲਹਾਲ ਦੇ ਲਈ ਕਰੀਏ ਤੇ ਇਸ ਮਾਮਲੇ ਦੇ ਵਿੱਚ ਜੋ ਵੀ ਅਹਿਮ ਖੁਲਾਸੇ ਪੁਲਿਸ ਦੀ ਪੁੱਛਗਿੱਛ ਦੇ ਦੌਰਾਨ ਹੋਣ ਗਿਆ ਸੀ ਉਹ ਤੁਹਾਡੇ ਨਾਲ ਖਬਰਾਂ ਲਗਾਤਾਰ ਸਾਂਝੀਆਂ ਕਰਦੇ ਰਵਾਂਗੇ ਜੁੜੋ ਰੋ ਨਿਰਪੱਖ ਪੋਸਟ ਦੇ ਨਾਲ